ਚੌਂਕੀਦਾਰ ਚੋਰ ਨਹੀਂ ਪਿਓਰ ਹੈ। ਰਾਜਨਾਥ ਸਿੰਘ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪੂਰਬੀ ਦਿੱਲੀ ਵਿਖੇ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨੀਰਵ ਮੋਦੀ ਜੇ ਸਾਰੇ ਭਗੌੜਿਆਂ ਨੂੰ ਭਾਰਤ ਲਿਆਂਦਾ ਜਾਵੇਗਾ। ਉਹਨਾਂ ਕਿਹਾ ਕਿ ਚੌਂਕੀਦਾਰ ਚੋਰ ਨਹੀਂ ਪਿਓਰ ਹੈ ਤੇ ਅਗਲੀ ਵਾਰ ਉਹਨਾਂ ਦਾ ਪ੍ਰਧਾਨ ਮੰਤਰੀ ਬਣਨਾ ਸ਼ੋਰ ਹੈ। 2014 ਕੇ ਵਿੱਚ ਜੀ ਕਾਂਗਰਸ ਸਰਕਾਰ ਨੇ ਜੋ ਲੋਨ ਦੇਣੇ ਕਾ ਕਾਮ ਕੀਆ ਹੈ, 52,00,000 ਕਰੋੜ ਰੁਪਏ ਕਾ ਲੋਨ ਦਿਆ ਹੈ। ਕਿਨ ਲੋਗੋਂ ਕੋ ਦਿਆ ਹੈ ਯਹ ਬਤਾਨੇ ਕੀ ਜ਼ਰੂਰਤ ਨਹੀਂ ਹੈ, ਬਹੁਤ ਸਾਰੇ ਲੋਗ ਪੈਸਾ ਲੈ ਕਰ ਉੜ ਗਏ ਹੈ। ਲੇਕਿਨ ਸੁਣ ਲੈਣਾ, ਦੇਸ਼ ਕੀ ਜਨਤਾ ਕੋ ਵਿਸ਼ਵਾਸ ਦਿਲਾਨਾ ਚਾਹਤਾ ਹੂੰ, ਜੋ ਵੀ ਕਰਨਾ ਹੋਗਾ ਇਸ ਸੰਸਾਰ ਮੇ, ਇਸ ਦੁਨੀਆ ਮੇ ਜਹਾਂ ਵੀ ਛਿਪੇ ਹੋਂਗੇ, ਹਮ ਉਹਨੇ ਢੂੰਢ ਨਿਕਾਲੇਂਗੇ ਔਰ ਹਾਥ ਪਕੜ ਕਰ ਹਮ ਹਿੰਦੁਸਤਾਨ ਲਾਏਂਗੇ ਔਰ ਉਨਕੋ ਜੇਲ ਕੇ ਸਿੱਕਿਓਂ ਕੇ ਪੀਛੇ ਭੇਜੇਂਗੇ। ਔਰ ਆਪਨੇ ਦੇਖਾ ਨੀਰਵ ਮੋਦੀ ਕੇ ਮਾਮਲੇ ਮੇ ਪਹਿਲੀ ਵਾਰ ਐਸਾ ਹੁਆ ਹੈ ਕਿ ਯੂਕੇ ਕੀ ਬੈਂਕ ਨੇ ਕਹਾ ਬੇਲ ਨਹੀਂ ਦਿਆ ਹੈ। ਸਾਰੀ ਕਾਰਵਾਈ ਚੱਲ, ਹਮ ਉਹਨੇ ਲਾਏਂਗੇ, ਉਹਨੇ ਹਮ ਮਾਫ ਨਹੀਂ ਕਰੇਂਗੇ। ਬਹਿਨੋ ਭਾਈਓ, ਐਸੇ ਦੇਸ਼ ਨਹੀਂ ਚੱਲਦਾ। ਇਨ ਲੋਕਾਂ ਨੇ ਤਮਾਸ਼ਾ ਬਣਾ ਦਿਆ ਔਰ ਹਮਾਰੀ ਭਾਰਤੀਯ ਜਨਤਾ ਪਾਰਟੀ ਕੋ, ਯੇ ਪ੍ਰਧਾਨ ਮੰਤਰੀ ਕੋ ਇਸ ਤਰੀਕੇ ਕੇ ਸ਼ਬਦੋਂ ਕਾ ਪ੍ਰਯੋਗ ਕਰੇਂਗੇ। ਮੈਂ ਕਹਿਣਾ ਚਾਹਤਾ ਹੂੰ, ਜਿਸਕੋ ਤੁਮ ਚੌਕੀਦਾਰ ਚੋਰ ਕਹਤੇ ਹੋ, ਚੌਕੀਦਾਰ ਚੋਰ ਨਹੀਂ ਹੈ, ਚੌਕੀਦਾਰ ਪਿਓਰ ਹੈ। ਬੋਲੋ ਚੌਕੀਦਾਰ, ਚੌਕੀਦਾਰ ਦਾ ਦੁਬਾਰਾ ਪੀਐਮ ਬਣਨਾ ਸ਼ੋਰ ਹੈ। ਦੇਸ਼ ਕੀ ਸਮੱਸਿਆਓਂ ਕਾ ਵਹੀ ਕਿਉਰ ਹੈ।